ਪੂਰ ਪੰਜਾਬ ਤੇ ਮੈਂ ਹਾਂ ਖੁਸ਼ਬੂ ਪੀਐਮ ਮੋਦੀ ਜੀ ਪੁਤਿਨ ਦੇ ਨਾਲ ਗੱਲਬਾਤ ਹੋਈ ਹੈ ਫੋਨ ਤੇ ਗੱਲਬਾਤ ਹੋਈ ਹੈ ਜਿੱਥੇ ਸਵੇਰੇ ਪੀਐਮ ਮੋਦੀ ਨੇ ਜ਼ੇਲੈਂਸਕੀ ਜੋ ਯੂਕਰੇਨ ਦੇ ਰਾਸ਼ਟਰਪਤੀ ਨੇ ਉਹਨਾਂ ਦੇ ਨਾਲ ਗੱਲ ਕੀਤੀ ਸੀ ਤੇ ਉਸ ਤੋਂ ਬਾਅਦ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਪੀਐਮ ਮੋਦੀ ਨੇ ਰਸ਼ੀਆ ਦੇ ਰਾਸ਼ਟਰਪਤੀ ਵਲਦੀਮੀਰ ਪੁਤਿਨ ਦੇ ਨਾਲ ਗੱਲਬਾਤ ਕੀਤੀ ਹੈ ਦੱਸ ਦਈਏ ਕਿ ਇਹ ਜੋ ਗੱਲ ਫੋਨ ਤੇ ਹੋਈ ਹੈ ਤੇ ਕਾਫੀ ਲੰਮੇ ਸਮੇਂ ਤੱਕ ਗੱਲ ਚੱਲੀ ਹੈ 50 ਮਿੰਟ 6 ਸੈਕਿੰਡ ਦੇ ਕਰੀਬ ਗੱਲ ਹੋਈ ਹੈ ਪੀਐਮ ਮੋਦੀ ਤੇ ਪੁਤਿਨ ਦੇ ਵਿਚਾਲੇ ਪਹਿਲਾਂ ਜੋ ਜ਼ੇਲੈਂਸਕੀ ਦੇ ਨਾਲ ਗੱਲਬਾਤ ਹੋਈ ਸੀ ਤਾਂ ਉਹ ਗੱਲ ਪੀਐਮ ਮੋਦੀ ਦੀ ਫੋਨ ਤੇ ਹੀ ਹੋਈ ਸੀ ਫੋਨ ਕਾਲ ਤੇ ਹੀ ਗੱਲਬਾਤ ਹੋਈ ਸੀ ਤੇ ਜ਼ੇਲੈਂਸਕੀ ਦੇ ਨਾਲ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਦੇ ਨਾਲ 35 ਮਿੰਟ 12 ਸੈਕਿੰਡ ਦੇ ਕਰੀਬ ਗੱਲਬਾਤ ਹੋਈ ਸੀ ਪਰ ਹੁਣ ਰਸ਼ੀਆ ਦੇ ਰਾਸ਼ਟਰਪਤੀ ਪੁਤਿਨ ਦੇ ਨਾਲ 50 ਮਿੰਟ ਦੇ ਕਰੀਬ ਗੱਲ ਹੋਈ ਹੈ ਇਹ ਵੱਡਾ ਜੋ ਵੱਡਾ ਜੋ ਫਰਕ ਹੈ ਦੋਨਾਂ ਦੇ ਗੱਲਬਾਤ ਕਰਨ ਦੇ ਵਿੱਚ ਤੇ ਹੁਣ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਪੀਐਮ ਮੋਦੀ ਕੋਈ ਨਵੀਂ ਰਣਨੀਤੀ ਬਣਾ ਰਹੇ ਨੇ ਪੀਐਮ ਮੋਦੀ ਇਸ ਜੰਗ ਨੂੰ ਰੋਕ ਸਕਦੇ ਨੇ ਵੱਡੇ ਸਵਾਲ ਖੜੇ ਹੋ ਰਹੇ ਨੇ ਕਿਉਂਕਿ ਪਹਿਲਾਂ ਰਸ਼ੀਆ ਦੇ ਪਹਿਲਾਂ ਪੁਤਿਨ ਦੇ ਯੂਕਰੇਨ ਦੇ ਰਾਸ਼ਟਰਪਤੀ ਦੇ ਨਾਲ ਗੱਲ ਹੁੰਦੀ ਹੈ ਤਾਂ ਉਸ ਤੋਂ ਬਾਅਦ ਰਸ਼ੀਆ ਦੇ ਰਾਸ਼ਟਰਪਤੀ ਦੇ ਨਾਲ ਗੱਲਬਾਤ ਹੁੰਦੀ ਹੈ ਇਸ ਵਿਚਾਲੇ ਵੀ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਪੀਐਮ ਮੋਦੀ ਦੇ ਵੱਲੋਂ ਅੰਜੋਈ ਹੁਣ ਯੂਕਰੇਨ ਦੇ ਲਈ ਸੀਜ਼ ਫਾਇਰ ਕੀਤਾ ਗਿਆ ਰੂਸ ਦੇ ਵੱਲੋਂ ਰਸ਼ੀਆ ਦੇ ਵੱਲੋਂ ਜੋ ਸੀਜ਼ ਫਾਇਰ ਕੀਤਾ ਗਿਆ ਉਸ ਦੀ ਵੀ ਛਲਾਗਾ ਕੀਤੀ ਗਈ ਹੈ ਜੋ ਪੁਤਿਨ ਦੇ ਨਾਲ ਗੱਲਬਾਤ ਹੋਈ ਹੈ ਉਸ ਦੇ ਵਿੱਚ ਇਹ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਪੀਐਮ ਮੋਦੀ ਨੇ ਸੀਜ਼ ਫਾਇਰ ਦੀ ਛਲਾਗਾ ਕੀਤੀ ਹੈ ਦੂਜੇ ਪਾਸੇ ਪੀਐਮ ਮੋਦੀ ਨੂੰ ਪੁਤਿਨ ਨੇ ਇੱਕ ਵਾਦਾ ਕੀਤਾ ਕਿ ਜੋ ਭਾਰਤੀ ਫਸੇ ਹੋਏ ਨੇ ਯੂਕਰੇਨ ਦੇ ਵਿੱਚ ਉਹਨਾਂ ਨੂੰ ਸੁਰੱਖਿਅਤ ਵਾਪਸ ਭੇਜਿਆ ਜਾਵੇਗਾ ਯਾਨੀ ਕਿ ਪੁਤਿਨ ਨੇ ਭਾਰਤੀਆਂ ਦੀ ਸੁਰੱਖਿਅਤ ਵਾਪਸੀ ਦੇ ਲਈ ਪੀਐਮ ਮੋਦੀ ਨੂੰ ਭਰੋਸਾ ਦਿਵਾਇਆ ਕਿ ਜੋ ਭਾਰਤੀ ਫਸੇ ਹੋਏ ਨੇ ਯੂਕਰੇਨ ਦੇ ਵਿੱਚ ਇਸ ਜੰਗ ਦੇ ਮਾਹੌਲ ਦੇ ਵਿੱਚ ਉਹ ਪੂਰੀ ਤਰ੍ਹਾਂ ਸੁਰੱਖਿਅਤ ਵਾਪਸ ਜਾਣਗੇ ਜੋ ਭਰੋਸਾ ਪੁਤਿਨ ਦੇ ਵੱਲੋਂ ਦਿੱਤਾ ਗਿਆ ਫਿਲਹਾਲ ਇਹ ਜੋ ਗੱਲਾਂ ਸਾਹਮਣੇ ਆਈਆਂ ਨੇ ਕਿ ਇੱਕ ਪਾਸੇ ਪੀਐਮ ਮੋਦੀ ਨੇ ਸ਼ਲਾਘਾ ਕੀਤੀ ਹੈ ਸੀਜ਼ਫਾਇਰ ਦੀ ਤਾਂ ਦੂਜੇ ਪਾਸੇ ਪੁਤਿਨ ਪ੍ਰੋਸਤਵਾਇਆ ਕਿ ਕਿਸੇ ਵੀ ਭਾਰਤੀ ਨੂੰ ਕੋਈ ਵੀ ਨੁਕਸਾਨ ਨਹੀਂ ਹੋਵੇਗਾ ਜਿੰਨੇ ਵੀ ਭਾਰਤੀ ਇਸ ਸਮੇਂ ਫਸੇ ਹੋਏ ਨੇ ਯੂਕਰੇਨ ਦੇ ਵਿੱਚ ਉਹਨਾਂ ਨੂੰ ਸੁਰੱਖਿਆਤਾ ਭਾਰਤ ਪਹੁੰਚਾਇਆ ਜਾਵੇਗਾ ਇਸ ਦੇ ਵਿਚਾਲੇ ਇੱਕ ਹੋਰ ਜੋ ਕਨੈਕਸ਼ਨ ਜੁੜਦਾ ਦੇਖਿਆ ਜਾ ਸਕਦਾ ਹੈ ਕਿ ਪਹਿਲੇ ਜ਼ੇਲੈਂਸਕੀ ਦੇ ਨਾਲ ਗੱਲਬਾਤ ਹੁੰਦੀ ਹੈ ਸਵੇਰੇ ਪੀਐਮ ਮੋਦੀ ਦੀ ਤਾਂ ਉਸ ਤੋਂ ਬਾਅਦ ਰੂਸ ਸੀਜ਼ ਫਾਇਰ ਕਰ ਦਿੰਦਾ ਯਾਨੀ ਕਿ ਜੋ ਬਾਹਰਲੇ ਮੁਲਕਾਂ ਦੇ ਬਾਹਰਲੇ ਦੇਸ਼ਾਂ ਦੇ ਲੋਕ ਫਸੇ ਹੋਏ ਸੀ ਯੂਕਰੇਨ ਦੇ ਵਿੱਚ ਉਹਨਾਂ ਦੇ ਲਈ ਇੱਕ ਅਲੱਗ ਤੋਂ ਰਾਹ ਬਣਾਇਆ ਗਿਆ ਹਿਊਮਨ ਕੋਰੀਡੋਰ ਬਣਾਇਆ ਗਿਆ ਜਿਸ ਰਾਹੀਂ ਉਹ ਲੋਕ ਜੋ ਨੇ ਦੂਸਰੇ ਥਾਵਾਂ ਤੇ ਜਾ ਸਕਣ ਸੁਰੱਖਿਅਤ ਥਾਵਾਂ ਤੇ ਜਾ ਸਕਣ ਉਹ ਇਲਾਕੇ ਨੂੰ ਛੱਡ ਸਕਣ ਜਿਨ੍ਹਾਂ ਤੇ ਹਮਲੇ ਕੀਤੇ ਜਾ ਰਹੇ ਨੇ ਰੂਸ ਦੇ ਵੱਲੋਂ ਤੇ ਉਸ ਤੋਂ ਬਾਅਦ ਰਸ਼ੀਆ ਦੇ ਰਸ਼ੀਆ ਦੇ ਰਾਸ਼ਟਰਪਤੀ ਪੁਤਿੰ ਦੇ ਨਾਲ ਗੱਲਬਾਤ ਹੁੰਦੀ ਹੈ ਕਿਤੇ ਨਾ ਕਿਤੇ ਵੀ ਕਨੈਕਸ਼ਨ ਦੇਖਿਆ ਜਾ ਰਿਹਾ ਹੈ ਪਹਿਲਾਂ ਜ਼ੇਲੈਂਸ ਕੀ ਨਾਲ ਗੱਲਬਾਤ ਹੁੰਦੀ ਹੈ ਫਿਰ ਸੀਰੀਜ਼ ਅਫੇਅਰ ਹੁੰਦਾ ਤਾਂ ਫਿਰ ਰੂਸ ਦੇ ਰਾਸ਼ਟਰਪਤੀ ਦੇ ਨਾਲ ਪੀਐਮ ਮੋਦੀ ਦੀ ਗੱਲਬਾਤ ਹੁੰਦੀ ਹੈ ਇਹ ਵੀ ਖੜੇ ਹੋ ਰਹੇ ਨੇ ਸਵਾਲ ਕਿ ਕੋਈ ਵੱਡੀ ਰਣਨੀਤੀ ਬਣ ਰਹੀ ਹੈ ਪੀਐਮ ਮੋਦੀ ਪਹਿ ਜੋ ਦੋਵਾਂ ਆਦੇਸ਼ਾਂ ਦੇ ਰਾਸ਼ਟਰਪਤੀਆਂ ਦੇ ਨਾਲ ਗੱਲਬਾਤ ਕਰ ਰਹੇ ਨੇ ਫੋਨ ਤੇ ਗੱਲਬਾਤ ਹੋ ਰਹੀ ਹੈ ਕਿ ਕੋਈ ਨਵੀਂ ਰਣਨੀਤੀ ਬਣ ਰਹੀ ਹੈ ਕਿ ਜੰਗ ਦੇ ਵਿੱਚ ਪੀਐਮ ਮੋਦੀ ਕੁਝ ਨਵਾਂ ਕਰ ਰਹੀ ਨੇ ਕਿ جنگ ਦੇ ਵਿੱਚ ਪੀਐਮ ਮੋਦੀ ਵਿਰਾਮ ਲਵਾ ਸਕਦੇ ਨੇ جنگ ਬੰਦੀ ਹੋ ਸਕਦੀ ਹੈ جنگ ਖਤਮ ਹੋ ਸਕਦੀ ਹੈ ਨਹੀਂ ਜੋ ਗੱਲਬਾਤ ਹੋ ਰਹੀ ਹੈ ਪਹਿਲਾਂ ਵੀ ਜੋ ਮੀਟਿੰਗਾਂ ਹੋਈਆਂ ਸੀ ਅੱਜ ਯੂਨੈਸਕ ਦੀ ਚੌਥੀ ਮੀਟਿੰਗ ਦੀ ਗੱਲ ਹੋ ਰਹੀ ਸੀ ਪਹਿਲਾਂ ਵੀ ਜੋ ਮੀਟਿੰਗਾਂ ਹੋਈਆਂ ਸੀ ਜੋ ਮਤੇ ਪਾਸ ਹੋਏ ਸੀ ਰੂਸ ਦੇ ਖਿਲਾਫ ਉਸ ਦੇ ਵਿੱਚ ਭਾਰਤ ਦੇ ਵੱਲੋਂ VOTING ਨਹੀਂ ਕੀਤੀ ਗਈ ਭਾਰਤ VOTING ਦਾ ਹਿੱਸਾ ਨਹੀਂ ਬਣਿਆ ਪਰ ਰਿਐਕਸ਼ਨ ਦਿੱਤੇ ਗਏ ਜੋ ਇਸ ਮਾਮਲੇ ਦੇ ਵਿੱਚ ਜੋ ਅਰਿੰਦਮ ਬਾਦਜੀ ਉਹਨਾਂ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਗਏ ਤਾਂ ਉਸ ਤੋਂ ਬਾਅਦ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਪੀਐਮ ਮੋਦੀ ਦੀ ਗੱਲਬਾਤ ਪੁਤਿਨ ਦੇ ਨਾਲ ਵੀ ਹੋਈ ਹੈ ਕਰੀਬ 50 ਮਿੰਟ 50 ਮਿੰਟ 6 ਸੈਕਿੰਡ ਗੱਲਬਾਤ ਹੁੰਦੀ ਹੈ ਤਾਂ ਉੱਥੇ ਹੀ ਦੂਜੇ ਪਾਸੇ ਸਵੇਰੇ ਜਦੋਂ ਗੱਲ ਹੁੰਦੀ ਹੈ ਜ਼ੇਲੈਂਸਕੀ ਦੇ ਨਾਲ ਤਾਂ 35 ਮਿੰਟ ਦੇ ਕਰੀਬ ਹੁੰਦੀ ਹੈ ਯਾਨੀ ਕਿ ਹੁਣ ਕੁਝ ਨਾ ਕੁਝ ਕਨੈਕਸ਼ਨ ਦੇਖਿਆ ਜਾ ਸਕਦਾ ਹੈ ਤੇ ਉਸ ਤੋਂ ਬਾਅਦ ਹੁਣ ਪੁਤਿਨ ਦੇ ਵੱਲ ਭਰੋਸਾ ਦਿਵਾਇਆ ਗਿਆ ਕਿ ਜੋ ਭਾਰਤੀ ਯੂਕਰੇਨ ਦੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਸੁਰੱਖਿ ਸੁਰੱਖਿਤਾ ਵਾਪਸ ਭਾਰਤ ਭੇਜਿਆ ਜਾਵੇਗਾ ਵਤਨ ਵਾਪਸੀ ਸੁਰੱਖਿਤ ਹੋਵੇਗੀ ਇਹ ਭਰੋਸਾ ਪੁਤਿਨ ਦੇ ਵੱਲੋਂ ਦਵਾਇਆ ਗਿਆ ਤਾਂ ਹੁਣ ਦੇਖਣਾ ਹੋਵੇਗਾ ਕਿ ਕੀ ਨਵੀਂ ਤਸਵੀਰ ਨਿਕਲ ਕੇ ਸਾਹਮਣੇ ਆਉਂਦੀ ਹੈ ਕਿਉਂਕਿ ਪੀਐਮ ਮੋਦੀ ਪਹਿਲਾਂ ਤੇ ਪੀਐਮ ਮੋਦੀ ਦੇ ਵੱਲੋਂ ਦੋਵਾਂ ਦੇਸ਼ਾਂ ਦੇ ਰਾਸ਼ਟਰਪਤੀਆਂ ਦੇ ਨਾਲ ਗੱਲਬਾਤ ਹੁੰਦੀ ਹੈ ਲੰਬੇ ਸਮੇਂ ਤੱਕ ਗੱਲਬਾਤ ਹੁੰਦੀ ਹੈ ਤੇ ਹੁਣ ਦੇਖਣਾ ਹੋਵੇਗਾ ਕਿ ਕੀ ਕੋਈ ਇਸ جنگ ਦੇ ਵਿਚਾਲੇ ਨਵਾਂ ਨਿਕਲ ਕੇ ਸਾਹਮਣੇ ਆਉਂਦਾ ਕਿ ਪੀਐਮ ਮੋਦੀ ਇਸ جنگ ਤੇ ਵਿਰਾਮ ਲਵਾਉਂਦੇ ਨੇ ਜਾਂ ਕੋਈ ਨਵਾਂ ਦੇਖਣ ਨੂੰ ਮਿਲ ਸਕਦਾ ਹੈ